Subscribe to my channel and press the bell icon for latest updates. Sade Nabi da sallallahu alaihi wa alihi wasallam. Lo ji itho hi tabligh da lafz keh deya. Mera Nabi farmanda meri zaat e paak pe pura durood padho, adhura na padho. Jehde bande nahi bolde ohnu zara halao. ਗੌਸ ਪਾਕ ਦੀ ਖੀਰ ਖਾਣਾ ਸੌਖਾ ਤੇ ਗੌਸ ਪਾਕ ਦੇ ਨਾਨੇ ਦੀ ਸ਼ਾਨ ਸੁਣ ਕੇ ਸੁਭਾਨ ਅੱਲਾ ਕਹਿਣਾ ਔਖਾ। ਮੇਰਾ ਨਬੀ ਆਂਦਾ ਮੇਰੀ ਜ਼ਾਤ ਪਾਕ ਤੇ ਪੂਰਾ ਦਰੂਦ ਪੜੋ, ਅਧੂਰਾ ਨਾ ਪੜੋ। ਯਾ ਰਸੂਲਲਾ, ਅਧੂਰਾ ਕਿਹੜਾ ਤੇ ਪੂਰਾ ਕਿਹੜਾ? ਸਾਈ ਫਰਮਾਨਦੇ ਜਿਹੜਾ ਦਰੂਦ ਮੇਰੇ ਤੇ ਪੜਿਆ ਜਾਏ ਤੇ ਮੇਰੀ ਆਲ ਤੇ ਨਾ ਪੜਿਆ ਜਾਏ। ਮੈਂ ਲਫ਼ਜ਼ ਫੇਰ ਪਿਆਨਾ ਤੇ ਵਲਾ ਪਿਆਨਾ, ਮੁੜ ਪਿਆਨਾ, ਵੱਤ ਪਿਆਨਾ ਤੇ ਜਿਹੜੇ ਬੰਦੇ ਨਹੀਂ ਬੋਲੇ ਉਹਨਾਂ ਦਾ ਮੋਢਾ ਲਾ ਕੇ ਪੁੱਛਾਂਗਾ ਵੀ ਤੈਨੂੰ ਪਰੇਸ਼ਾਨੀ ਕੀ ਹੈ ਭਾਈ? ਕੋਈ ਮੇਰੇ ਨਾਲ ਪੁਰਾਣੀ ਤੈਨੂੰ ਦੁਸ਼ਮਣੀ ਹੋਵੇ ਤੇ ਅੱਲਾ ਵਾਸਤੇ ਮਾਫ਼ੀ ਦੇ ਚਾ, ਨਬੀ ਦੇ ਨਾਂ ਤੇ ਬੋਲ, ਮੈਂ ਤਬਲੀਗੀ ਲਫ਼ਜ਼ ਪਿਆਨਾ। ਮੈਂ ਅੱਲਾ, ਮੇਰਾ ਨਬੀ ਆਂਦਾ ਮੇਰੀ ਜ਼ਾਤ ਪਾਕ ਤੇ ਅਧੂਰਾ ਦਰੂਦ ਨਾ ਪੜੋ, ਪੂਰਾ ਪੜੋ। ਯਾ ਰਸੂਲਲਾ, ਅਧੂਰਾ ਕਿਹੜਾ ਤੇ ਪੂਰਾ ਕਿਹੜਾ? ਫਰਮਾਇਆ ਜਿਹੜਾ ਮੇਰੇ ਤੇ ਪੜਿਆ ਜਾਏ ਤੇ ਮੇਰੀ ਯਾਲ ਤੇ ਨਾ ਪੜਿਆ ਜਾਏ। ਮੈਂ ਲਫ਼ਜ਼ ਬਦਲਾਨਾ, ਸਾਈਆਂ ਦਾ ਜਿਹੜਾ ਮੇਰੇ ਤੇ ਪੜਿਆ ਜਾਏ ਤੇ ਮੇਰੇ ਹੁਸੈਨ ਤੇ ਨਾ ਪੜਿਆ ਜਾਏ। ਸੁਣਿਓ, ਇੱਧਰ ਸੁਣਿਓ, ਮੇਰੇ ਵੱਲ ਤਵੱਜੋ ਬਹੁਤ ਕਰਨਾ। ਮੈਂ ਤੁਹਾਨੂੰ ਅਧੂਰਾ ਵੀ ਪੜ੍ਹ ਕੇ ਸੁਣਾਉਣਾ ਤੇ ਪੂਰਾ ਵੀ ਪੜ੍ਹ ਕੇ ਸੁਣਾਉਣਾ। ਪਹਿਲੇ ਅਧੂਰਾ ਪੜ੍ਹਨਾ, ਅਧੂਰਾ ਦਰੂਦ ਸੱਲੱਲਾਹੁ ਅਲੈਹਿ ਵਸੱਲਮ। ਇਹ ਅਧੂਰਾ ਜੇ ਇਹ ਮੈਂ ਪੜ੍ਹਾ ਤੇ ਅਧੂਰਾ ਹੈ, ਇਹ ਮੇਰਾ ਭਰਾ ਪੜ੍ਹੇ ਤੇ ਅਧੂਰਾ ਹੈ, ਇਹ ਮੁਲਾਜ਼ਮ ਹੁਸੈਨ ਦਾ ਅੱਬਾ ਪੜ੍ਹੇ ਤੇ ਅਧੂਰਾ ਹੈ, ਇਹ ਮੇਰਾ ਦਾਦਾ ਪਰਦਾਦਾ ਲੱਕੜ ਦਾਦਾ ਪੜ੍ਹੇ ਤੇ ਅਧੂਰਾ ਹੈ, ਇਹ ਪ੍ਰੋਫੈਸਰ ਪੜ੍ਹੇ ਤੇ ਅਧੂਰਾ ਹੈ, ਇਹ ਮੁਫਤੀ ਪੜ੍ਹੇ ਤੇ ਅਧੂਰਾ ਹੈ, ਇਹ ਕੋਈ ਟੀਵੀ ਉੱਤੇ ਬਹਿ ਕੇ ਪੜ੍ਹੇ ਤੇ ਅਧੂਰਾ ਹੈ, ਇਹ ਕੋਈ ਤਨਹਾਈ ਵਿੱਚ ਪੜ੍ਹੇ ਤੇ ਅਧੂਰਾ ਹੈ। ਸੱਲੱਲਾਹੁ ਅਲੈਹਿ ਵਾਲੇਹੀ ਵਸੱਲਮ, ਇਹ ਪੂਰਾ ਦਰੂਦ ਹੈ। ਦਰੂਦ ਹੋਈ ਪੂਰਾ ਜਿਹਦੇ ਵਿੱਚ ਮੁਹੰਮਦ ਨਾਲ ਮੁਹੰਮਦ ਦੀ ਯਾਲ ਸ਼ਾਮਲ ਹੋ ਜਾਏ। ਅਬਦਸਤਾਰ ਨਿਆਜ਼ੀ ਨੇ ਗੱਲ ਕੀਤੀ ਹੈ ਨਾਤ ਖਾਂ ਹੋ ਕੇ ਤੇ ਗੱਲ ਐਡੀ ਸਵਾਦੀ ਕੀਤੀ ਹੈ, ਮੈਂ ਖਤੀਬ ਹੋ ਕੇ ਉਹਨੂੰ ਸਲਾਮ ਪੇਸ਼ ਪਿਆ ਕਰਨਾ। ਉਹ ਆਂਦਾ ਯੇ ਮੁਝ ਪੇ ਕਿਤਨਾ ਨਿਆਜ਼ੀ ਕਰਮ ਹੋ ਗਿਆ। ਕੀ ਹੋਇਆ ਵੀ ਤੈਨੂੰ ਗੱਡੀ ਮਿਲ ਗਈ? ਕੀ ਕਰਮ ਹੋਇਆ ਤੈਨੂੰ ਫੈਸਲਾਬਾਦ ਕੋਠੀ ਮਿਲ ਗਈ? ਆਂਦਾ ਨਹੀਂ। ਮੈਂ ਕਿਹਾ ਕਰਮ ਕਿਹੜਾ ਹੋਇਆ? ਨਿਆਜ਼ੀ ਆਂਦਾ ਯੇ ਕਿਤਨਾ ਨਿਆਜ਼ੀ ਕਰਮ ਹੋ ਗਿਆ, ਲੋਕ ਕਹਿਣੇ ਲਗੇ ਪੰਜ ਤਲ ਕਾ ਗਦਾ, ਇਸ ਘਰਾਨੇ ਕਾ ਜਬ ਸੇ ਮੈਂ ਨੌਕਰ ਹੁਆ, ਸਭ ਸੇ ਅੱਛੀ ਮੇਰੀ ਨੌਕਰੀ ਹੋ ਗਈ ਆ। ਫਰਮਾਇਆ ਦਰੂਦ ਪੜ ਪੂਰਾ। ਆ ਜਿਹੜਾ ਬੰਦਾ ਇਸ ਗੱਲ ਤੇ ਨਾ ਬੋਲਿਆ ਨਾ, ਮੈਨੂੰ ਬੜੀ ਤਕਲੀਫ ਹੋਏਗੀ। ਮੈਂ ਕਲੇਜੇ ਵਿੱਚ ਐਵੇਂ ਠੰਡ ਪਾਣੀ ਹੈ ਤੇ ਤੂੰ ਇੰਨਾ ਬੋਲੀ ਮੇਰੇ ਕਾਲਜੇ ਠੰਡ ਪੈ ਜਾਏ। ਨਮਾਜ਼ ਵਿੱਚੋਂ ਦਰੂਦ ਕੱਢ ਦਈਏ, ਨਮਾਜ਼ ਨਹੀਂ ਹੁੰਦੀ। ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦੀ ਹੈ ਕਿ ਨਹੀਂ ਹੁੰਦੀ। ਜਿਹੜੇ ਪੜ੍ਹਦੇ ਨੇ ਉਹਦੇ ਨਾਲ ਫਰਮਾਓ ਬਈ ਨਮਾਜ਼ ਵਿੱਚੋਂ ਦਰੂਦ ਕੱਢ ਦਈਏ ਤੇ ਨਮਾਜ਼ ਨਹੀਂ ਹੁੰਦੀ। ਅੱਲਾ ਵਾਲੇ, ਉਹ ਨਮਾਜ਼ ਵਿੱਚੋਂ ਦਰੂਦ ਕੱਢ ਦਈਏ ਤੇ ਨਮਾਜ਼ ਨਹੀਂ ਹੁੰਦੀ। ਸ਼ੇਖੋਪੁਰ ਦੇ ਬਾਇਜ਼ਤ ਸਰਕਾਰ ਦੇ ਗੁਲਾਮੋ, ਨਮਾਜ਼ ਵਿੱਚੋਂ ਦਰੂਦ ਕੱਢ ਦਈਏ ਤੇ ਨਮਾਜ਼ ਨਹੀਂ ਹੁੰਦੀ, ਤੇ ਦਰੂਦ ਵਿੱਚੋਂ ਆਲ ਕੱਢ ਦਈਏ ਤੇ ਦਰੂਦ ਨਹੀਂ ਹੁੰਦਾ। ਬਈ ਨਮਾਜ਼ ਵਿੱਚੋਂ ਦਰੂਦ ਕੱਢ ਦਈਏ ਤੇ ਨਮਾਜ਼ ਨਹੀਂ ਹੁੰਦੀ। ਹੈ ਇਸ ਬਾਇਜ਼ਤ ਮਜਮੇ ਵਿੱਚ ਕੋਈ ਬੰਦਾ ਜਿਹੜਾ ਬਾਂਹ ਦਾ ਇਸ਼ਾਰਾ ਕਰਕੇ ਆਖੇ ਵੀ ਤੂੰ ਵੀ ਸੱਯਦ ਪਾਕ ਦਾ ਨੌਕਰ ਹੈ ਤੇ ਅਸਾਂ ਵੀ ਨੌਕਰ ਹਾਂ, ਅਸੀਂ ਪੀਰ ਭਾਈ ਹਾਂ? ਹੋ ਜਾਂਦੀ ਏ। ਨਮਾਜ਼ ਵਿੱਚ ਸਭ ਤੋਂ ਅਹਿਮ ਰੁਕਨ ਹੈ ਸਜਦਾ। ਸਜਦਾ ਨਾ ਕਰੀਏ ਨਮਾਜ਼ ਨਹੀਂ ਹੁੰਦੀ, ਲੇਕਿਨ ਇੱਕ ਨਮਾਜ਼ ਐਸੀ ਉਹਦੇ ਵਿੱਚ ਸਜਦਾ ਨਾ ਕਰੀਏ ਨਮਾਜ਼ ਹੋ ਜਾਂਦੀ ਏ। ਮਸਲਨ ਨਮਾਜ਼ ਜਨਾਜ਼ਾ ਵਿੱਚ ਸਜਦਾ ਨਹੀਂ, ਨਮਾਜ਼ ਹੋ ਜਾਂਦੀ ਏ। ਜਨਾਜ਼ੇ ਵਿੱਚ ਵੀ ਦਰੂਦ ਨਾ ਪੜ, ਜਨਾਜ਼ਾ ਨਹੀਂ ਹੁੰਦਾ। ਬਈ ਕਿਆ ਬਾਤ ਹੈ, ਜਿਹੜੇ ਬੰਦੇ ਪੱਕੀਆਂ ਗੱਲਾਂ ਸੁਣਦੇ ਹੋ, ਕਿਆ ਬਾਤ ਹੈ ਤੁਹਾਡੀ? ਬਈ ਨਮਾਜ਼ ਵਿੱਚੋਂ ਦਰੂਦ ਕੱਢ ਲਈਏ, ਨਮਾਜ਼ ਵਿੱਚੋਂ ਇਹ ਦਰੂਦ ਕੱਢ ਦਈਏ ਤੇ ਨਮਾਜ਼ ਨਹੀਂ ਹੁੰਦੀ, ਤੇ ਦਰੂਦ ਵਿੱਚੋਂ ਹੁਸੈਨ ਕੱਢ ਦਈਏ।